सत श्री अकाल, मैं हाँ सुखविंदर सिंह सिद्धू। रोजाना लोकनाथ टीवी का स्पैशल प्रोग्राम प्राइम मुद्दा देख रहे दर्शकों का स्वागत करता। प्रोग्राम दे विच गलबात करांगे दो अहम खबरों के उपर, दोवें जिहड़े आ पंजाब दे आम लोगों के पैसे दे नाल जुड़े हुए ने, पंजाब दे आम लोगों की हो रही लुट खसुट दे नाल जुड़ियां हुई जिहड़ियां ओह खबरां ने। गलबात पहली करांगे, नवजोत सिंह सिद्धू ने अज एक वड्डा घोटाला जिहड़ा पर्दाफाश किया है। नवजोत सिंह सिद्धू के अनुसार जिहड़ी आम आदमी पार्टी है वह दोहरा मापदंड अपना रही है। बिल्कुल जिहड़ा वह गंभीर मसला उस ते विस्तारपूर्वक चर्चा करांगे, ते नाल नाल चर्चा करांगे कि भगवंत मान होरां ने भी जिहड़ा एक वड्डा जिहड़ा घोटाला ही आप कह सकते हैं, क्योंकि बहुत ही सरकारी खजाने की लुट खसुट जिहड़ी आ पंजाब के आम लोगों की पैसे की जिहड़ी लुट खसुट उत्ते हो रही थी, उस नूं जिहड़ा 25 सालों बाद जिहड़ा दोबारा खाली करवाया, की कुछ खबर है उसते गलबात करांगे। गलबात करन दे लई मेरे नाल प्रोफेसर मनजीत सिंह अड़के साहब जुड़े ने। सब तो पहला स्वागत करते हैं सर, स्वागत है प्रोग्राम दे विच। बहुत बहुत शुक्रिया सुखविंदर जी। सब तो पहला सर आप गल जी नवजोत सिंह सिद्धू वाली खबर तो कर लें। नवजोत सिंह सिद्धू ने एक बीज घोटाले की गल की है, आम आदमी पार्टी को निशाने पर लिया, तो निशाने पर खास करके अपनिया जड़िया पिछली सरकार भी लिया, क्योंकि ये नहीं आप कह सकते कि यह जो बीज घोटाला है, ये जिस बीज घोटाले की नवजोत सिद्धू गल कर रहे हैं वो आने सार आते 50 दिनों के आम आदमी पार्टी ने करता, सगों की इस बीज घोटाले के जे ज़्यादा रोल पिछली सरकार का है, तो पिछली सरकार नवजोत सिंह सिद्धू की अपनी पार्टी की सी। ये बीज घोटाला है कि किवें ये फड़िया जा रहा, नवजोत सिंह सिद्धू के वलों कह की रहे ने, आपां लोकां नूं भी समझाइए तो फिर आप चल देंगे कि इस दे दोषी कौन ने। सुखविंदर जी, जिहड़ा बीज घोटाला अज नवजोत सिंह सिद्धू ने कोटपुरा मंडी दे दौरा करन समय पत्रकारां नाल गलबात करते हैं, उस कपड़े नूं नंगा कीता जां उस स्कैम दा नाम दिंदे आ, ਉਹ ਦੱਸਿਆ ਕਿ ਕਿਸ ਤਰੀਕੇ ਨਾਲ ਕਿਸਾਨ ਜਿਹੜੇ ਨੇ ਇਹ ਇਹਦੇ ਤੋਂ ਇਸ ਬੀਜ ਘੁਟਾਲੇ ਕਾਰਨ ਪ੍ਰਭਾਵਿਤ ਹੋ ਰਹੇ ਨੇ ਤੇ ਕਿਸ ਤਰੀਕੇ ਨਾਲ ਪੰਜਾਬ 'ਚ ਖੁਦਕਸ਼ੀਆਂ ਕਿਸਾਨਾਂ ਵੱਲੋਂ ਜਿਹੜੀਆਂ ਵੱਧ ਰਹੀਆਂ ਨੇ, ਇਸ ਗੱਲ ਤੋਂ ਉਹਨਾਂ ਨੇ ਬੜੇ ਤੱਥਾਂ ਦੇ ਆਧਾਰ ਤੇ ਜਿਹੜੀ ਗੱਲਬਾਤ ਜਿਹੜੀ ਉਹ ਕੀਤੀ ਆ। ਉਹਨਾਂ ਦੀ ਗੱਲਬਾਤ ਦਾ ਜਿਹੜਾ ਬੇਸ ਹੈ, ਮੁੱਢਲਾ ਜਿਹੜਾ ਅਸੀਂ ਕਹਿ ਸਕਦੇ ਕਿ ਜਿਹੜੀ ਬੁਨਿਆਦ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਦੀ ਜਾਂ ਜਿਹੜੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਾਂ ਇਸ ਘੁਟਾਲੇ ਦੀ ਬੁਨਿਆਦ ਜਿਹੜੀ ਆ ਉਹਨਾਂ ਨੇ ਬੀਜਾਂ ਦੀ ਜਿਹੜੀ ਕੁਆਲਿਟੀ ਹੈ, ਸੀਡ ਜਿਹੜੇ ਅਸੀਂ ਕਹਿੰਦੇ ਕਿ ਫਸਲਾਂ ਦੇ ਬੀਜ, ਉਹਨਾਂ ਦੇ ਵਿੱਚ ਜਿਹੜਾ ਘੁਟਾਲਾ ਹੈ ਕਿ ਕਿਸ ਤਰੀਕੇ ਨਾਲ ਉਹ ਜਿਹੜੇ ਬੀਜ ਕਿਸਾਨਾਂ ਨੂੰ ਕਿਸ ਮਹਿੰਗੇ ਭਾਅ ਨਾਲ ਵੇਚਦੇ, ਮੈਂ ਵਿਸਤਾਰ 'ਚ ਗੱਲ ਦੱਸਣ ਦਾ ਯਤਨ ਕਰਾਂਗਾ ਕਿ ਕਿਸ ਤਰੀਕੇ ਨਾਲ ਇੱਕ ਉਹ ਸਸਤੇ ਕਰਨ ਤੋਂ ਸ਼ੁਰੂ ਹੋ ਕੇ ਇੱਕ ਵੱਡੇ ਅਸੀਂ ਕਹਿ ਸਕਦੇ ਕਿ ਨਿੱਜੀ ਪ੍ਰਾਈਵੇਟ ਅਦਾਰਿਆਂ ਦੇ ਵਿੱਚੋਂ ਵੇਚ ਕੇ ਜਾਣ ਤੋਂ ਬਾਅਦ ਤੇ ਜਦੋਂ ਕਿਸਾਨਾਂ ਨੂੰ ਉਸਦਾ ਘੱਟ ਝਾੜ ਮਿਲਦਾ ਜਾਂ ਕਿਸ ਤਰੀਕੇ ਨਾਲ ਕਿਸਾਨ ਪ੍ਰਭਾਵਿਤ ਹੁੰਦੇ ਆ, ਉਹਨਾਂ ਨੇ ਇਸ ਸਾਰੇ ਤੋਂ ਪਰਦਾ ਚੁੱਕਣ ਦੀ ਤੱਥਾਂ ਸਹਿਤ ਜਿਹੜੀ ਆ ਉਹ ਗੱਲ ਕੀਤੀ ਹੈ। ਉਹਨਾਂ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਅਨੁਸਾਰ ਕਿ ਜਿਹੜੀ ਸਰਵ ਪ੍ਰਵਾਨਿਤ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਉਹਦੇ ਵੱਲੋਂ ਬੀਜਾਂ ਦੀ ਕੁਆਲਿਟੀ ਜਿਹੜੀ ਆ ਨਿਰਧਾਰਤ ਕਰ ਦਿੱਤੀ ਜਾਂਦੀ ਹੈ, ਚਾਹੇ ਉਹ ਕਣਕ ਹੈ ਚਾਹੇ ਝੋਨਾ ਜਾਂ ਦੂਜੀਆਂ ਜਿਹੜੀਆਂ ਫਸਲਾਂ ਨੇ, ਉਹ ਅੰਤਰਰਾਸ਼ਟਰੀ ਪੱਧਰ ਦੇ ਮਿਆਰਾਂ ਤੇ ਅਪਣਾਉਂਦਿਆਂ ਹੋਇਆਂ ਹਰ ਬੀਜ ਨੂੰ ਆਪਣੀ ਸਭ ਪ੍ਰਵਾਨਤਾ ਦੀ ਗੋਲ ਲਾਉਂਦੀ ਹੈ ਤੇ ਕਿਸਾਨਾਂ ਨੂੰ ਦੱਸਦੀ ਹੈ ਕਿ ਇਹ ਬੀਜ ਤੁਹਾਡੇ ਵਾਸਤੇ ਸਭ ਤੋਂ ਜਿਹੜੇ ਵਧੀਆ ਬੀਜ ਨੇ ਜਿਹਨਾਂ ਤੋਂ ਵਧੀਆ ਝਾੜ ਜਿਹੜਾ ਉਹ ਮਿਲੇਗਾ। ਪਰ ਤ੍ਰਾਸਦੀ ਕਿੱਥੋਂ ਸ਼ੁਰੂ ਹੁੰਦੀ ਆ, ਕਿਉਂਕਿ ਜਦੋਂ ਇਹਨਾਂ ਬੀਜਾਂ ਦੀ ਖਰੀਦੋ ਫਰੋਖਤ ਜਿਹੜੀ ਹੋਣੀ ਆ ਉਹ ਸਰਕਾਰੀ ਏਜੰਸੀ ਪੰਜ ਸੀਟ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਹੈ, ਪੰਜ ਸੀਟ ਜਾਂ ਹੋ ਗਈ ਜਾਂ ਉੱਤੇ ਨੈਸ਼ਨਲ ਸੀਟ ਕਾਰਪੋਰੇਸ਼ਨ ਆ ਉਹਦੇ ਰਾਹੀਂ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਜਾਣੀ ਹੁੰਦੀ ਹੈ। ਪਰ ਤ੍ਰਾਸਦੀ ਕੀ ਆ ਕਿ ਪੰਜ ਸੀਟ ਜਿਹੜੀ ਆ ਜਦੋਂ ਉਹਨੇ ਕਿਸਾਨਾਂ ਨੂੰ ਸਿੱਧੇ ਰੂਪ ਚ ਉਹ ਬੀਜਾਂ ਦੀ ਸਪਲਾਈ ਕਰਨੀ ਆ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਕਰਦੀ ਆ, ਜਦੋਂ ਕਿ ਉਹ ਜਿਹੜੇ ਬੀਜ ਹੁੰਦੇ ਨੇ ਪੰਜ ਸੀਟ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਏਯੂ ਵੱਲੋਂ ਜਿਹੜੇ ਪਾਸ ਕੀਤੇ ਜਾਂਦੇ ਆ ਉਹ ਬਿੱਲ ਜਿਹੜੇ ਆ ਪੰਜ ਸੀਟ ਦੇ ਰਾਹੀਂ ਹੀ ਜਿਹੜੀਆਂ ਵੱਖ ਵੱਖ ਪ੍ਰਾਈਵੇਟ ਏਜੰਸੀਆਂ ਨੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ, ਤਾਂ ਉਹਨਾਂ ਵੱਲੋਂ ਫਿਰ ਸਟੋਰ ਕਰਨ ਤੋਂ ਬਾਅਦ ਉਹ ਬੀਜ ਜਿਹੜਾ ਸਸਤੇ ਰੂਪ ਦੇ ਵਿੱਚ ਕਿਸਾਨਾਂ ਤੱਕ ਪਹੁੰਚਣਾ ਹੁੰਦਾ, ਉਹ ਹੀ ਤੀਜੇ ਚੌਥੇ ਗੁਣਾ ਦੀ ਕੀਮਤ ਦੇ ਨਾਲ ਕਿਸਾਨਾਂ ਨੂੰ ਜਿਹੜਾ ਉਹ ਬੀਜ ਮਿਲਦਾ, ਤਾਂ ਉਸ ਵਕਤ ਤੱਕ ਉਹਦੀ ਜਿਹੜੀ ਉਹ ਕੁਆਲਿਟੀ ਹੈ ਉਹ ਵੀ ਸ਼ਾਇਦ ਉਹੋ ਜਿਹੀ ਨਹੀਂ ਰਹਿੰਦੀ, ਤੇ ਜਿਸ ਕਰਕੇ ਜਿਹੜਾ ਕਿਸਾਨ ਆ ਪੰਜਾਬ ਦਾ ਕਿਸਾਨ ਜਾਂ ਤਾਂ ਉਹ ਪੰਜਾਬ ਤੋਂ ਬਾਹਰੋਂ ਮੱਧ ਪ੍ਰਦੇਸ਼ ਮਹਾਰਾਸ਼ਟਰ ਚੋਂ ਬੀਜਾਂ ਦੀ ਖਰੀਦੋ ਫਰੋਖਤ ਕਰਕੇ ਆਪਣੀ ਫਸਲ ਉਗਾਉਂਦਾ ਤਾਂ ਜੋ ਝਾੜ ਜਿਹੜਾ ਵੱਧ ਪ੍ਰਾਪਤ ਹੋ ਸਕੇ, ਤੇ ਜੇ ਜਾ ਰਿਹਾ ਕਿ ਇਹ ਜਿਹੜਾ ਉਤਪਾਦਨ ਆ ਇਸ ਬੀਜ ਦਾ ਉਹ 1% ਹੁੰਦਾ ਤੇ 1% ਦੇ ਵਿੱਚੋਂ ਵੀ ਜਿਹੜਾ ਜ਼ਿਆਦਾਤਰ ਇਹ ਜਿਹੜਾ ਦੇ ਦਿੱਤਾ ਜਾਂਦਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਜਾਂਦਾ, ਪ੍ਰਾਈਵੇਟ ਵਪਾਰੀਆਂ ਨੂੰ ਦੇ ਦਿੱਤਾ ਜਾਂਦਾ 1% ਦੇ ਵਿੱਚੋਂ ਵੀ। ਜੀ ਜੀ ਬਿਲਕੁਲ, ਤਾਂ ਇਹ ਜਿਹੜੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ, ਤਾਂ ਇਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਕਿਸਾਨ ਦੋਹਰੀ ਮਾਰ ਕਿਵੇਂ ਚੱਲਦਾ, ਕਿ ਇੱਕ ਤਾਂ
ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਉਹ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਦਿੰਦੀਆਂ ਨੇ ਤੇ ਦੂਜੇ ਪਾਸੇ ਜਿਸ ਕਿਸਾਨ ਨੇ ਇਹਨਾਂ ਨੂੰ ਕਸਟੋਰ ਕਰਕੇ ਆਪਣੇ ਭੜੋਲੇ 'ਚ ਪਾਇਆ ਤਾਂ ਭੜੋਲੇ 'ਚ ਜੇ ਉਹ ਪਾ ਕੇ ਉਹਨੂੰ ਦੁਬਾਰਾ ਕੱਢਦਾ ਤਾਂ ਉਹਦੇ ਉਸਤੇ ਜਿਹੜੀ ਉਹਨੇ ਛਿੜਕਾਅ ਕਰਨ ਦਾ ਖਾਦ ਦਾ ਉਹ ਵੀ ਉਹਨੂੰ ਉੱਤਮ ਦਰਜੇ ਦਾ ਕਰਨਾ ਪੈਣਾ ਤਾਂ ਜਦੋਂ ਉੱਤਮ ਦਰਜੇ ਦਾ ਕਰਨਾ ਪਏਗਾ ਤੇ ਜਿਹੜੀ ਕਿੱਲੇ ਦੇ ਵਿੱਚੋਂ ਉਹ 8 ਜਾਂ 9 ਕਿਲੋ ਆਮ ਬੀਜ ਦੀ ਜਿਹੜੀ ਉਹਨੂੰ ਜਿਹੜੀ ਉਤਪਾਦਨ ਜਿਹੜਾ ਉਸਦਾ ਹੋ ਰਿਹਾ 8 ਜਾਂ 9 ਕੁਇੰਟਲ ਅੱਜ ਦੀ ਤਰੀਕ 'ਚ ਜਦੋਂ ਕਿ ਜੇਕਰ ਉਹ ਵਧੀਆ ਛਿੜਕਾਅ ਕਰਦਾ ਬੀਜ ਨੂੰ ਵੀ ਉੱਤਮ ਖਰੀਦਦਾ ਜਾਂ ਬਾਹਰੋਂ ਖਰੀਦਦਾ ਉਹਨਾਂ ਨੇ ਇੱਕ ਉਦਾਹਰਨ ਆਪਣੇ ਜੇ ਸੱਜਣ ਮਿੱਤਰ ਦੀ ਨਾਂ ਲੈ ਕੇ ਦਿੱਤੀ ਕਿ ਉਹਦੇ ਖੇਤਾਂ ਦੇ ਵਿੱਚੋਂ 22 ਜਾਂ 21 ਜਾਂ 22 ਕੁਇੰਟਲ ਜਿਹੜਾ ਝਾੜ ਜਿਹੜਾ ਪ੍ਰਾਪਤ ਹੋਇਆ ਇਹਦਾ ਇੱਕ ਹੋਰ ਫਾਇਦਾ ਅਣਖੀ ਸਾਹਿਬ ਇੱਕ ਹੋਰ ਫਾਇਦਾ ਮੈਂ ਵਿੱਚ ਐਡ ਕਰ ਦਵਾਂ ਕਿ ਇਹ ਜਿਹੜਾ ਬੀਜ ਹੈ ਇਹ ਦੱਸਿਆ ਜਾ ਰਿਹਾ ਕਿ ਜਲਦੀ ਤਿਆਰ ਹੋਣ ਵਾਲੀ ਕਿਸਮ ਹੈ ਜਿਹੜਾ 126 ਨਵਜੋਤ ਸਿੰਘ ਸਿੱਧੂ ਜਿਸ ਦੀ ਗੱਲ ਕਰ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਜਲਦੀ ਤਿਆਰ ਹੋਣ ਵਾਲੀ ਕਿਸਮ ਹੈ 3 ਤੋਂ 4 ਹਫ਼ਤਿਆਂ ਦਾ ਜਿਹੜਾ ਸਮਾਂ ਇਹ ਬਚਾ ਦਿੰਦਾ ਅਤੇ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ 25% ਘੱਟ ਸਿੰਜਾਈ ਦੇ ਨਾਲ ਤਿਆਰ ਹੋਣ ਵਾਲੀ ਇਹ ਫਸਲ ਹੈ ਮਜ਼ਦੂਰੀ ਦਾ ਖਰਚਾ ਬਚਦਾ ਦਵਾਈਆਂ ਦਾ ਖਰਚਾ ਬਚਦਾ ਹੋਰ ਬਹੁਤ ਸਾਰੇ ਜਿਹੜੇ ਖਰਚੇ ਇਸ ਬੀਜ ਦੇ ਨਾਲ ਜਿਹੜੇ ਆ ਉਹ ਬਚਦੇ ਨੇ ਜੀ ਬਿਲਕੁਲ 126 ਬੀਜ ਕਿਸਮ ਦੀ ਉਹ ਗੱਲ ਕਰ ਰਹੇ ਆ ਪਰ ਸੁਖਵਿੰਦਰ ਜੀ ਗੱਲ ਉਹ ਕਹਿ ਰਹੇ ਕਿ ਜੇ ਪੰਸੀਡ ਇਸ ਬੀਜ ਨੂੰ ਸਿੱਧੀ ਕਿਸਾਨਾਂ ਦੀ ਪਹੁੰਚ ਦੇ ਵਿੱਚ ਅਪਰੋਚ ਕਰਦਾ ਤਾਂ ਇਸ ਦਾ ਰੇਟ ਜਿਹੜਾ 35 ਰੁਪਏ ਕਿਲੋ ਦੇ ਹਿਸਾਬ ਨਾਲ ਜਾਂਦਾ ਤਾਂ ਕਿਸਾਨ ਨੂੰ ਜੇਕਰ ਉਸ ਮਾਤਰਾ ਦੇ ਅਨੁਸਾਰ ਉਹਦੇ ਖੇਤਾਂ ਦੇ ਅਨੁਸਾਰ ਜਾਂ ਜਿਸ ਤਰੀਕੇ ਨਾਲ ਉਹਨੇ ਉਤਪਾਦਨ ਕਰਦਾ ਉਹਦੇ ਆਧਾਰ ਤੇ ਜੇਕਰ ਉਸਨੂੰ ਇਹ ਬੀਜ ਦੀ ਮਾਤਰਾ ਪੂਰੀ ਮਿਲਦੀ ਆ 35 ਰੁਪਏ ਦੇ ਹਿਸਾਬ ਦੇ ਨਾਲ ਫਿਰ ਤਾਂ ਬਹੁਤ ਵਧੀਆ ਪਰ ਤਰਾਸਦੀ ਇੱਥੋਂ ਸ਼ੁਰੂ ਹੁੰਦੀ ਆ ਜਿਹੜਾ ਘਪਲਾ ਜਿਹੜਾ ਇੱਥੋਂ ਸ਼ੁਰੂਆਤ ਹੁੰਦੀ ਆ ਕਿ ਪੰਸੀਡ ਜਾਂ ਨੈਸ਼ਨਲ ਸੀਡ ਕਾਰਪੋਰੇਸ਼ਨ ਵਰਗੀਆਂ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਉਸ ਕਿਸਾਨਾਂ ਨੂੰ ਸਿੱਧਾ ਦੇਣ ਦੀ ਜਿਹੜਾ 1% ਜਿਹੜਾ ਪੈਦਾ ਹੋਣਾ ਉਹਦੇ ਵਿੱਚੋਂ ਵੀ ਉਹ ਸਿੱਧਾ ਜਿਹੜਾ ਦੂਜੇ ਪਾਸੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੰਦੇ ਨੇ ਉਹ ਫਿਰ ਆਪਣੀ ਮਰਜ਼ੀ ਦੇ ਨਾਲ ਰੇਟ ਲਾ ਕੇ 250 ਜਾਂ 250 ਜਾਂ 300 ਪ੍ਰਤੀ ਕਿਲੋ ਦੇ ਹਿਸਾਬ ਨਾਲ ਜਦੋਂ ਉਹ ਬੀਜ ਵੇਚਣਾ ਤਾਂ ਫਿਰ ਕਿਸਾਨ ਜਿਹੜੀ ਦੋਹਰੀ ਮਾਰਦਾ ਜਿਹੜਾ ਆ ਉਹ ਸ਼ਿਕਾਰ ਹੁੰਦਾ ਕਿਉਂਕਿ ਇੱਕ ਤਾਂ ਬੀਜ ਮਹਿੰਗੀ ਮਾਤਰਾ ਚ ਖਰੀਦਣਾ ਦੂਜੇ ਪਾਸੇ ਜਿਹੜੇ ਖੇਤੀ ਬੀਜ ਬੀਜਣ ਤੋਂ ਬਾਅਦ ਜਿਹੜੇ ਫਸਲ ਦੇ ਖਰਚੇ ਆਉਣੇ ਨੇ ਉਹਨਾਂ ਦੀ ਪੂਰਤੀ ਵਾਸਤੇ ਕਿਸਾਨ ਨੂੰ ਫਿਰ ਦੂਜੇ ਪਾਸੇ ਭਟਕਣਾ ਪੈਂਦਾ ਤੇ ਫਿਰ ਅਖੀਰ ਤੇ ਜਦੋਂ ਉਤਪਾਦਨ ਉਸਦੀ ਮਰਜ਼ੀ ਅਨੁਸਾਰ ਉਸਦੇ ਏਕੜ ਚੋਂ ਨਹੀਂ ਹੁੰਦਾ ਤਾਂ ਫਿਰ ਕਿਸਾਨ ਖੁਦਕੁਸ਼ੀਆਂ ਦਾ ਰਾਹ ਜਿਹੜਾ ਆ ਉਹ ਪਾਸੇ ਤੁਰਦਾ ਕਿਉਂਕਿ ਉਹਦੀ ਤਰਾਸਦੀ ਜਿਹੜੀ ਆ ਘੱਟ ਕੀਮਤ ਤੇ ਜਿਹੜਾ ਬੀਜ ਮਿਲਦਾ ਜਿਹੜਾ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਘੱਟ ਪਾਣੀ ਵਰਤਣ ਦੀ ਸਲਾਹ ਦੇ ਰਹੀ ਹੈ ਤੇ ਜੇ ਅਜਿਹਾ ਬੀਜ ਨਹੀਂ ਮਿਲਦਾ ਤਾਂ ਫਿਰ ਘੱਟ ਪਾਣੀ ਵਰਤਿਆ ਕਿਵੇਂ ਜਾਊਗਾ ਉਹਨਾਂ ਨੇ ਇਹੀ ਕਿਹਾ ਕਿ ਦੋਹਰਾ ਮਾਪਦੰਡ ਇਹੀ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਘੱਟ ਪਾਣੀ ਵਰਤੋ ਪਾਣੀ ਆਪਾਂ ਬਚਾਉਣਾ ਦੂਜੇ ਪਾਸੇ ਜਿਹੜੇ ਆ ਜਿਹੜਾ ਘੱਟ ਪਾਣੀ ਘੱਟ ਸਿੰਜਾਈ ਦੇ ਨਾਲ ਉੱਗਣ ਵਾਲੀ ਜਿਹੜੀ ਫਸਲ ਹੈ ਉਹ ਜਿਹੜੀ ਹੈ ਉਹ ਦਿੱਤੀ ਨਹੀਂ ਜਾ ਰਹੀ ਉਸ ਫਸਲ ਦਾ ਬੀਜ ਜਿਹੜਾ ਇਹ ਗੱਲਾਂ ਜਿਹੜੀਆਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀਆਂ ਗਈਆਂ ਨੇ ਜੀ ਬਿਲਕੁਲ ਉਹਨਾਂ ਨੇ ਇਹ ਖਾਸ ਤੌਰ ਤੇ ਇਹ ਬਿਆਨ ਜਿਹੜਾ ਤਾਂ ਦਿੱਤਾ ਗਿਆ ਕਿਉਂਕਿ ਇਹਨਾਂ ਮੌਜੂਦਾ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਝੋਨੇ ਦੀ ਜਿਹੜੀ ਮਾਪਾ ਦਾ ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ 1500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਇਹ ਕਿਹਾ ਗਿਆ ਕਿ ਤੁਸੀਂ ਕੱਦੂ ਪੈਲੀ ਦਾ ਨਹੀਂ ਕਰਨਾ ਸਿੱਧੀ ਬਿਜਾਈ ਜਿਹੜੀ ਆ ਉਹ ਕਰਨੀ ਹੈਗੀ ਆ ਇਸੇ ਸੰਬੰਧ ਵਿੱਚ ਨਵਜੋਤ ਸਿੱਧੂ ਨੇ ਅੱਜ ਇਸ ਮੁੱਦੇ ਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਕਿ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿ ਰਹੇ ਜੀ ਕਿ ਸਿੱਧੀ ਬਿਜਾਈ ਕਰੋ ਪਾਣੀ ਦੀ ਜਿਹੜੀ ਖਪਤ ਘੱਟ ਹੋਵੇ ਪਰ ਦੂਜੇ ਪਾਸੇ ਉਹੀ ਬੀਜ ਜਿਹੜਾ ਕਿਸਾਨਾਂ ਨੂੰ ਜਿਹੜਾ 35 ਜਾਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣਾ ਚਾਹੀਦਾ ਉਹ ਬੀਜ ਜਿਹੜਾ ਆ ਤੁਹਾਨੂੰ 200-250 ਰੁਪਇਆ ਕਿਲੋ ਦੇ ਹਿਸਾਬ ਦੇ ਨਾਲ ਮਿਲਦਾ ਪਿਆ ਦੂਜੇ ਪਾਸੇ ਇਸ ਦੇ ਉੱਤੇ ਖਰਚੇ ਤਾਂ ਸਰਕਾਰ ਨੂੰ ਫਿਰ ਚਾਹੀਦਾ ਕਿ ਜੇਕਰ ਵਾਕਿਆ ਹੀ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨਾਂ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਸੁਧਰੇ ਔਰ ਦੂਜੇ ਪਾਸੇ ਸਿੱਧੀ ਬਿਜਾਈ ਹੋਵੇ ਪਾਣੀ ਦਾ ਜਿਹੜਾ ਪੱਧਰ ਆ ਉਹ ਵੀ ਬਚਿਆ ਰਵੇ ਤੇ ਝੋਨੇ ਦੀ ਸਿੱਧੀ ਬਿਜਾਈ ਹੋਵੇ ਤਾਂ ਫਿਰ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੀਆਂ ਪੰਸੀਡ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਪਕੜ ਜਿਹੜੀ ਆ ਮਜ਼ਬੂਤ ਕੀਤੀ ਜਾਵੇ ਤੇ ਇਹ ਜਿਹੜਾ ਘੁਟਾਲਾ ਬੀਤੇ ਦੌਰ ਤੋਂ ਹੁੰਦਾ ਆਇਆ ਚਾਹੇ ਅਕਾਲੀ ਸਰਕਾਰ ਸੀ ਤੇ ਚਾਹੇ ਕਾਂਗਰਸ ਦੀ ਆਪਣੀ ਸਰਕਾਰ ਸੀ ਨਵਜੋਤ ਸਿੰਘ ਨੇ ਉਹਨਾਂ ਨੂੰ ਵੀ ਠੋਕਿਆ ਕਹਿੰਦੇ ਕਿ ਠੀਕ ਆ ਮੈਂ ਇਸ ਮੁੱਦੇ ਤੇ ਅੱਜ ਦਾ ਐਨਾਲਿਸਿਸ ਨਹੀਂ ਕਰ ਰਿਹਾ ਬੜੇ ਬੀਤੇ ਲੰਮੇ ਸਮੇਂ ਤੋਂ ਇਸ ਦਾ ਵਿਸ਼ਲੇਸ਼ਣ ਕੀਤਾ ਜਿੱਥੋਂ ਇਹ ਤੱਥ ਜਿਹੜੇ ਮੇਰੇ ਕੋਲ ਉਹ ਸਾਹਮਣੇ ਆਏ ਆ ਕਿ ਕਿਸ ਤਰੀਕੇ ਨਾਲ ਕਿਸਾਨ ਜਿਹੜਾ ਦੋਹਰੀ ਮਾਰ ਜਿਹੜੀ ਚੱਲਦਾ ਪਿਆ ਤੇ ਬਾਕੀ ਹੁਣ ਦੂਜੇ ਪਾਸੇ ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਆ ਜੇ ਵਾਕਈ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਉਹਨਾਂ ਨੇ MSP ਦੀ ਗੱਲ ਕੀਤੀ ਕਿ ਮੈਂ MSP ਦਾ ਜਿਹੜਾ ਮੁੱਦਾ ਸੀ ਬੈਠਾਇਆ ਸੀ ਕਿ ਇਸ ਮੁੱਦੇ ਨੂੰ ਇਹਨਾਂ ਨੇ ਅਡੋਪਟ ਕੀਤਾ ਮੈਂ ਤਾਂ ਬੜੇ ਚਿਰ ਦਾ ਕਹਿੰਦਾ ਰੌਲਾ ਪਾ ਰਿਹਾ ਸਾਂ ਤੇ ਦੂਜੇ ਪਾਸੇ ਹੁਣ ਇਹ ਗੱਲ ਕਰ ਰਹੇ ਆ ਕਿ ਜੇ ਵਾਕਈ ਕਿਸਾਨਾਂ ਦੀ ਸਥਿਤੀ
ਇਹ 1500 ਰੁਪਈਆ ਬਚਾਈ ਦਾ ਰੇਟ ਤੁਸੀਂ ਦੇਣਾ ਮਾਫ ਕਰਦਾ ਜੇਕਰ ਇਹ ਕਿਸਾਨਾਂ ਨੂੰ ਸਹਾਇਤਾ ਦੇਣੀ ਚਾਹੁੰਦੇ ਜੇ ਤਾਂ ਪਹਿਲਾਂ ਫਿਰ ਬੀਜ ਦਾ ਜਿਹੜਾ ਮੁੱਦਾ ਆ ਇਸ ਨੂੰ ਹੱਲ ਕੀਤਾ ਜਾਵੇ ਨਾ ਕਿ ਕਿਸਾਨ ਦਾ ਜਿਹੜਾ ਸ਼ੋਸ਼ਣ ਆ ਉਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕਰਨ ਪ੍ਰਾਈਵੇਟ ਜਿਹੜੇ ਕਰਿੰਦੇ ਨੇ ਉਹ ਕਰਨ ਜਿਹਨਾਂ ਦੇ ਰਾਹੀਂ ਮਾਲ ਪੱਤਾ ਕਿਤੇ ਉੱਪਰ ਤੱਕ ਪਹੁੰਚਦਾ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਕਿ ਇਹ ਤੁਸੀਂ ਦੇਖ ਲਓ ਕਿ ਕਿੰਨਾ ਹਿੱਸਾ ਪੂਰੀ ਮਾਤਰਾ ਕਿੰਨੇ ਕੁਇੰਟਲ ਦੀ ਹਿਸਾਬ ਦੇ ਨਾਲ ਜਿਹੜੀ ਇਹਦੀ ਖਪਤ ਆ ਪੰਜਾਬ 'ਚ ਹੁੰਦੀ ਹੈ ਤੇ ਜੇਕਰ ਉਹੀ 35 ਜਾਂ 40 ਰੁਪਏ ਦੇ ਹਿਸਾਬ ਨਾਲ ਇਹ ਮਿਲੇ ਕਿਸਾਨਾਂ ਨੂੰ ਪਰ ਮਿਲਦਾ ਨਹੀਂ ਕਿਉਂਕਿ ਇਹਦੇ ਵਿੱਚ ਜਿਹੜੀਆਂ ਚੋਰ ਮੋਰੀਆਂ ਨੇ ਬਹੁਤ ਉੱਤੋਂ ਤੱਕ ਮੁਨਾਫਾ ਜਾਂਦਾ ਤੇ ਕਿੱਥੋਂ ਤੱਕ ਜਾਂਦਾ ਕਿੱਥੋਂ ਤੱਕ ਇਸਦਾ ਹਿੱਸੇ ਪੱਤੀ ਆ ਉਹਦੇ ਉੱਤੇ ਉਸ ਚੀਜ਼ ਨੂੰ ਇਹ ਮੁਸ਼ਕਲਾਤਾਂ ਜਿਹੜੀਆਂ ਜ਼ਰੂਰ ਖੜੀਆਂ ਕਰ ਰਹੀ ਹੈ ਕਿਉਂਕਿ ਇਹ ਗੱਲ ਤਾਂ ਤੈਅ ਹੈ ਕਿ ਇਹ ਤਾਂ ਹੈ ਨਹੀਂ ਕਿ ਇਹ ਮੁਸ਼ਕਲ ਜਿਹੜੀ ਹੈ ਇਹ ਘੁਟਾਲਾ ਜਿਹੜਾ ਜੇ ਇਸ ਤਰੀਕੇ ਦੇ ਨਾਲ ਪ੍ਰਾਈਵੇਟ ਜਿਹੜਾ ਕੰਪਨੀਆਂ ਨੂੰ ਜਿਹੜਾ ਬਿੱਲ ਮਾਫ ਕਰਨਾ ਜਿਹੜਾ ਬੀਜ ਜਿਹੜਾ ਦਿੱਤਾ ਜਾ ਰਿਹਾ ਉਹ ਇਹ ਤਾਂ ਹੈ ਨਹੀਂ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਸਗੋਂ ਦੀ ਪਿਛਲੀਆਂ ਸਰਕਾਰਾਂ ਦੇ ਵੱਲੋਂ ਇਹ ਦਿੱਤਾ ਜਾ ਰਿਹਾ ਸੀਗਾ ਤਾਂ ਮੈਨੂੰ ਪਤਾ ਨਹੀਂ ਕਿ ਇਹ 50 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ ਜਾਂ ਨਹੀਂ ਦਿੱਤਾ ਪਰ ਹਾਂ ਜੇ ਲੰਬੇ ਸਮੇਂ ਤੋਂ ਦਿੱਤਾ ਜਾ ਰਿਹਾ ਤਾਂ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੇ ਉੱਪਰ ਵੀ ਜਿਹੜਾ ਉਹ ਸਵਾਲ ਚੁੱਕ ਰਹੇ ਨੇ ਅਣਖੀ ਸਾਹਿਬ ਬਿਲਕੁਲ ਜੀ ਬਿਲਕੁਲ ਅੱਜ ਤੱਕ ਤਾਂ ਉਹ ਕਾਂਗਰਸ ਪਾਰਟੀ ਦੇ ਇੱਕ ਵਫ਼ਾਦਾਰ ਸਿਪਾਹੀ ਨੇ ਬਾਕੀ ਜਿਹੜਾ ਕੱਲ ਤੱਕ ਉਹ ਕੱਲ ਨੂੰ ਜੋ ਫੈਸਲਾ ਹੁੰਦਾ ਉਹ ਕੱਲ ਦਾ ਵੇਖਿਆ ਜਾਏਗਾ ਪਰ ਅੱਜ ਦੀ ਤਰੀਕ 'ਚ ਜਿਸ ਤਰੀਕੇ ਨਾਲ ਨਹੀਂ ਉਹਨਾਂ ਨਾਮ ਲੈ ਕੇ ਗਿਆ ਕਿ ਕਾਂਗਰਸ ਪਾਰਟੀ ਜਿਹੜੀ ਮੇਰੀ ਸਰਕਾਰ ਆ ਕਹਿੰਦੇ ਰਹੀ ਆ ਮੈਂ ਤਾਂ ਉਸ ਬੰਦੇ ਵੀ ਉਦੋਂ ਵੀ ਇਹਨਾਂ ਦੇ ਸੰਬੰਧੀ ਜਿਹੜੇ ਮੁੱਦੇ ਉਠਾਏ ਸੀ ਉਦੋਂ ਵੀ ਇਹ ਮੁੱਦੇ ਉਠਾਏ ਸੀ ਕਿ ਕਿਸਾਨਾਂ ਦੇ ਨਾਲ ਇਹ ਸ਼ੋਸ਼ਣ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਕਹਿੰਦੇ ਬੁਨਿਆਦੀ ਤੌਰ ਤੇ ਕਿਸਾਨ ਦਾ ਪੋਤਾ ਤੇ ਬੜੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਇਸ ਚੀਜ਼ ਦਾ ਜਿਹੜਾ ਅਨੈਲਿਸਿਸ ਕੀਤਾ ਤੇ ਇਹ ਤੱਥ ਜਿਹੜੇ ਸਾਹਮਣੇ ਆਏ ਨੇ ਬੜੀ ਖੋਜ ਕਹਿੰਦੇ ਜਿਹੜੀ ਮੈਂ ਕੀਤੀ ਹੈ ਤੇ ਖੋਜ ਤੋਂ ਤੱਥਾਂ ਤੋਂ ਆਧਾਰ ਇਹ ਕੀਤਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੀ ਆ ਬਹੁਤ ਵਧੀਆ ਕਿਸਾਨਾਂ ਦੇ ਹੱਕ ਵਿੱਚ ਕੰਮ ਕਰ ਰਹੀ ਆ ਪਰ ਜਿਹੜਾ ਥੱਲੜਾ ਸਿਸਟਮ ਆ ਉਹ ਹੀ ਵਿਗੜਿਆ ਜਿਸ ਨੂੰ ਸੁਧਾਰਨ ਦੀ ਲੋੜ ਆ ਜੇ ਉਹ ਸੁਧਰੇਗਾ ਤਾਂ ਫਿਰ ਕਣਕ ਜਿਹੜਾ ਮਾਪਣ ਜੇ ਝਾੜਿਆ ਉਹ ਵੀ ਜ਼ਿਆਦਾ ਹੋਵੇਗਾ ਉਤਪਾਦਨ ਵੀ ਜ਼ਿਆਦਾ ਹੋਵੇਗਾ ਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਵੀ ਨਹੀਂ ਚੱਲੇਗਾ ਕਹਿੰਦੇ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਚਾਹੀਦਾ ਕੋਈ ਇੱਕ ਨੀਤੀ ਕੋਈ ਆਪਣੀ ਪਾਲਿਸੀ ਜਿਹੜੀ ਆ ਉਹ ਬਣਾ ਕੇ ਕਿਸਾਨਾਂ ਦੇ ਭਲੇ ਵਾਸਤੇ ਜਿਹੜਾ ਉਹ ਕੰਮ ਕਰੇ ਜੀ ਬਿਲਕੁਲ ਤਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਬੜਾ ਵਧੀਆ ਮੁੱਦਾ ਜਿਹੜਾ ਕਿਸਾਨਾਂ ਦੇ ਸੰਬੰਧ ਦੇ ਵਿੱਚ ਚੱਕਿਆ ਹੈ ਜੇਕਰ ਉਹ ਜਿਹੜਾ ਰੋਕਿਆ ਜਾਂਦਾ ਘੁਟਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਉਂਕਿ ਲੋਕਾਂ ਨੂੰ ਉਮੀਦ ਹੈ ਕਿਉਂਕਿ ਬਦਲਾਵ ਦੇ ਤੌਰ 'ਤੇ ਸਰਕਾਰ ਬਣੀ ਹੈ ਅਤੇ ਜੇ ਇਹਨਾਂ ਦੇ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹਦੇ ਨਾਲ ਸਿਰਫ ਔਰ ਸਿਰਫ ਕਿਸਾਨਾਂ ਦਾ ਹੀ ਪੈਸਾ ਨਹੀਂ ਬਚੇਗਾ ਕਿਉਂਕਿ ਜਿਹੜਾ ਬਾਹਰ ਉਹ 300 ਦਾ ਵਿਕ ਰਿਹਾ ਅਤੇ ਅਸਲ ਜਿਹੜੀ ਉਹਦੀ ਕੀਮਤ ਹੈ ਯੂਨੀਵਰਸਿਟੀ ਦੇ ਕੋਲੋਂ ਮਿਲ ਰਹੀ ਉਹ 35 ਰੁਪਏ ਹੈ ਸਿਰਫ ਉਹ 250-300 450-300 ਰੁਪਈਆ ਹੀ ਨਹੀਂ ਬਚੇਗਾ ਸਗੋਂ ਦੀ ਜਿਹੜੇ ਹੋਰ ਖਰਚੇ ਨੇ ਦਵਾਈਆਂ ਦੇ ਖਰਚੇ ਪਾਣੀ ਦੇ ਖਰਚੇ ਹੋਰ ਬਹੁਤ ਸਾਰੇ ਖਰਚੇ ਨੇ ਕਿਉਂਕਿ ਇਹ ਫਸਲ ਜਿਹੜੀ ਦੱਸੀ ਜਾ ਰਹੀ ਹੈ ਬੀਜ ਤੋਂ ਉੱਗੀ ਫਸਲ ਜਿਹੜੀ ਹੈ ਉਹ ਬੜੇ ਘੱਟ ਸਮੇਂ ਅਤੇ ਬੜੇ ਘੱਟ ਪੈਸਿਆਂ ਦੇ ਵਿੱਚ ਯਾਨੀ ਕਿ ਬੜੇ ਘੱਟ ਸਿੰਜਾਈ ਦੇ ਵਿੱਚ ਜਿਹੜਾ ਇਹ ਪੈਦਾ ਹੋ ਜਾਂਦਾ ਤਾਂ ਨਵਜੋਤ ਸਿੰਘ ਸਿੱਧੂ ਨੇ ਬੜਾ ਵਧੀਆ ਮਸਲਾ ਜਿਹੜਾ ਉਹ ਧਿਆਨ ਦੇ ਵਿੱਚ ਲਿਆਂਦਾ ਅਤੇ ਉਮੀਦ ਕਰਦੇ ਹਾਂ ਸਰਕਾਰ ਜਿਹੜੀ ਇਸ 'ਤੇ ਗੌਰ ਕਰੂਗੀ ਨਵਜੋਤ ਸਿੰਘ ਸਿੱਧੂ ਦੇ ਇੱਕ ਵਾਰ ਫਿਰ ਤੋਂ ਇਹ ਜਿਹੜਾ ਗੱਲ ਕੰਮ ਆ ਜਿਹੜਾ ਉਹ ਸ਼ਲਾਘਾ ਜਾਊਗਾ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਅਗਲੀ ਖਬਰ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਹੈ ਭਗਵੰਤ ਸਿੰਘ ਮਾਨ ਨੇ ਵੀ ਇੱਕ ਬੜਾ ਵਧੀਆ ਕਦਮ ਚੁੱਕਿਆ ਪਿਛਲੇ 25 ਸਾਲਾਂ ਤੋਂ ਸਰਕਾਰੀ ਖਜ਼ਾਨੇ 'ਤੇ ਬੋਝ ਬਣੇ ਬੈਠੇ ਕੁਝ ਲੀਡਰ ਸੀਗੇ ਜਿਹੜੇ ਉਹ ਉਹਨਾਂ ਨੂੰ ਅੱਜ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਉਠਾ ਦਿੱਤਾ ਗਿਆ ਆਲੀ ਸ਼ਾਨ ਕੋਠੀ ਜਿਹੜੀ ਹੈਗੀ ਸੀ ਆਪਣੇ ਰਜਿੰਦਰ ਕੌਰ ਪੱਠਲ ਦੀ ਉਹ ਜਿਹੜੀ ਖਾਲੀ ਕਰਵਾ ਲਈ ਗਈ ਹੈ ਅਤੇ ਉਹਦੇ ਵਿੱਚ ਸਰਕਾਰੀ ਖਜ਼ਾਨੇ ਦੇ ਉੱਪਰੋਂ ਜਿਸ ਤਰੀਕੇ ਦੇ ਨਾਲ ਜਿਹੜੀ ਡਿਵੈਲਪਮੈਂਟ ਕੀਤੀ ਗਈ ਸੀ ਐਨ ਮੇਖ ਤੋਂ ਲੈ ਕੇ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਐਨ ਬਿਲਕੁਲ ਲਾਈਆਂ ਪਈਆਂ ਸੀ ਚਿਣਕੇ ਉਹ ਜਿਹੜਾ ਸਰਕਾਰੀ ਖਜ਼ਾਨੇ 'ਤੇ ਬੋਝ ਬਣੇ ਬੈਠੇ ਸੀ ਉਹਨਾਂ ਨੂੰ ਉਠਾਇਆ ਕਿਵੇਂ ਦੇਖਦੇ ਹੋ ਸਰ ਜਿਹੜਾ ਇਹ ਭਗਵੰਤ ਸਿੰਘ ਮਾਨ ਦਾ ਜਿਹੜਾ ਫੈਸਲਾ ਸੀ ਦੇਖੋ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿਖੇ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਉੱਥੇ ਵੀ ਉਹਨਾਂ ਨੇ ਟਕੋਰਾਂ ਜਿਹੜੀਆਂ ਲਾਈਆਂ ਕਿ ਜਿਹੜੇ ਬੰਦੇ ਕਹਿੰਦੇ ਨੇ ਕਿਸੇ ਪਾਸੇ ਵੀ ਨਹੀਂ ਉਹਨਾਂ ਨੂੰ ਵੀ ਖਤਰਾ ਤੇ ਕਈ ਬੰਦੇ ਇਹੋ ਜਿਹੇ ਜਿਹਨਾਂ ਨੂੰ ਕਹੀਦਾ ਕਿ ਛੱਡ ਦਿਓ ਕਹਿੰਦੇ ਬੱਚਿਆਂ ਨੂੰ ਮੈਂ ਨਹੀਂ ਛੱਡਦਾ ਤੇ ਸਿੱਧਾ ਹੀ ਉਹਨਾਂ ਦਾ ਜਿਹੜਾ ਇਸ਼ਾਰਾ ਸੀ ਉਸ ਸਮੇਂ ਬੀਬੀ ਅਰਜਿੰਦਰ ਕੌਰ ਪੱਠਲ ਜਿਹੜੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਵੱਲ ਸੀ ਬੀਬੀ ਅਰਜਿੰਦਰ ਕੌਰ ਪੱਠਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਬੇਅੰਤ ਸਿੰਘ ਹੋਣਾ ਦੀ ਡੈਥ ਤੋਂ ਬਾਅਦ ਚਲੋ ਹਰਚਰਨ ਸਿੰਘ ਬਰਾੜ ਬਣਦੇ ਨੇ ਉਹਨਾਂ ਦੇ ਖਿਲਾਫ਼ ਬਗਾਵਤ ਕਰਕੇ ਫਿਰ ਇਹ 5-6 ਮਹੀਨੇ ਵਾਸਤੇ ਜਾਂ ਸਾਲ ਵਾਸਤੇ ਮੁੱਖ ਮੰਤਰੀ ਬਣੇ ਸੀ ਤਾਂ ਉਸ ਵਕਤ 1997 ਵਿੱਚ ਉਹਨਾਂ ਨੂੰ ਜਿਹੜੀ ਕੋਠੀ ਆ ਉਹਨਾਂ ਨੂੰ ਅਲਾਟ ਕੀਤੀ ਗਈ ਬਾਅਦ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਆਈ ਜਿਹਦੇ ਵਿੱਚ ਉਹ ਡਿਪਟੀ ਮੁੱਖ ਮੰਤਰੀ ਬਣਦੇ ਨੇ ਫਿਰ ਵੀ ਕੋਠੀ ਕੋਲ ਰਹੀ ਫਿਰ ਉਸ ਤੋਂ ਮਗਰ ਅਕਾਲੀ ਸਰਕਾਰ ਆਉਂਦੀ ਆ ਅਕਾਲੀ ਸਰਕਾਰ 2007 ਤੋਂ ਲੈ ਕੇ 2017 ਤੱਕ ਰਹਿੰਦੀ ਆ ਅਕਾਲੀ ਸਰਕਾਰ ਵੀ ਪੂਰਨ ਤੌਰ ਤੇ ਸਹੂਲਤਾਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਦਿੰਦੀ ਆ ਹਾਲਾਂਕਿ ਇੱਕ ਸਮੇਂ 'ਚ ਏਦਾਂ ਦਾ ਵੀ ਆਇਆ ਸੀ ਕਿ ਉਹ ਵਿਧਾਇਕ ਵੀ ਨਹੀਂ ਸਨ
विधायक मैं लगता शायद बने नहीं जे मैं भुलदा नहीं तो मैं लगता बने नहीं पिछली बार भी आपकी सरकार भी कि विधायक थे उन्होंने जो एक चेयरमैन दे के वाइस चेयरमैन बना के जरा उन्होंने सारा कुछ किया जा रहा है बिजली दे बिलां दा जिहड़ा पक्का सी ओह वी बहुत ज्यादा सी तां ओह जिहड़ा भुगतान सी जदों फिर कैप्टन अमरिंदर सिंह दी सरकार आई पहिलां तां बीबी भट्टल दे कैप्टन अमरिंदर सिंह नाल संबंध ठीक नहीं सन फिर बाद च ठीक हो गए कैप्टन साहब ने फिर असं कह सकते कि तरस के आधार से वैसे ही जिस तरीके बड़े अपने असर सूख वाले बंदे सन बीबी हरजिंदर कौर भट्टल उन्होंने बिल जरा सरकारी खजाने पंजाब सरकार के सरकारी खजाने च उतार रहा तो फिर उन्होंने पंजाब योजना बोर्ड के चेयर वाइस चेयरमैन वाइस चेयरपर्सन ला के उन्होंने एक कैबिनेट मंत्री दियां जिहड़ियां सहूलतां सन वो दित्तियां गईयां ते उन्हां सहूलतां दा आनंद माणदे ही उन्होंने ये सरकारी कोठी छड्डी नहीं। हालांकि सुखविंदर जी यह भी आप अपने दर्शकों को दस दिए कि समय समय से कुछ सरकार वालों दो ही सरकार कैप्टन माफ करना अकाली सरकार रही है तो उस वक्त एक दो बारी यकम जे जरूर बीबी जी को नोट्स दिता गया जाके कोठी खाली करने वालों पर बीबी हरजिंदर कौर भट्टल हमेशा अदालत का सहारा लैके इस मुद्दे को ठंडे बस्ते च पा देंदे रहे पता नहीं किस आधार पर जी मैं कोठी खाली नहीं छड़नी पर हुण जदों दी आम आदमी पार्टी की सरकार आई है उदों तों उह जिथे साबका विधायक साबका मंत्रियों ਕੋਲ ਜਿਹੜੀਆਂ ਸਰਕਾਰੀ ਸਹੂਲਤਾਂ ਜਿਹੜੀਆਂ ਨਜਾਇਜ਼ ਤੌਰ ਤੇ ਉਹ ਮੰਗ ਰਹੇ ਨੇ ਉਹਨਾਂ ਨੂੰ ਵਾਪਸ ਲੈ ਰਹੀ ਆ ਉਹਨਾਂ ਦੇ ਸਭ ਤੋਂ ਉੱਤਰੇ ਟਾਰਗੇਟ ਤੇ ਬੀਬੀ ਰਜਿੰਦਰ ਕੌਰ ਪੱਠਲ ਤੇ ਦੂਜੇ ਪਾਸੇ ਸਰਦਾਰ ਸੁਰਜਿੰਦਰ ਸਿੰਘ ਅਰਧਾਵਾ ਕੋਲ ਅਨੋਵਾ ਗੱਡੀ ਕ੍ਰਿਸਟਾ ਅਨੋਵਾ ਗੱਡੀ ਸੀ ਉਹ ਦੋ ਚਰਚਾਵਾਂ ਬੜਾ ਵਿਸ਼ਾ ਰਹੀਆਂ ਤੇ ਜਦੋਂ ਸੁਰਜਿੰਦਰ ਸਿੰਘ ਅਰਧਾਵਾ ਕੋਲ ਅਨੋਵਾ ਕ੍ਰਿਸਟਾ ਦੀ ਗੱਡੀ ਦਾ ਨੋਟਸ ਭੇਜ ਕੇ ਗੱਡੀ ਮੰਗਾਈ ਗਈ ਤਾਂ ਸਭ ਤੋਂ ਜ਼ਿਆਦਾ ਅੱਗ ਬਗੂਲਾ ਜਿਹੜੇ ਸੀ ਸੁਰਜਿੰਦਰ ਸਿੰਘ ਅਰਧਾਵਾ ਨਜ਼ਰ ਆਏ ਬੜੇ ਤਿੱਖੇ ਉਹਨਾਂ ਨੇ ਹਮਲੇ ਜਿਹੜੇ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਕੀਤੇ ਤੇ ਭਗਵੰਤ ਮਾਨ ਤੇ ਵੀ ਕੀਤੇ ਖੈਰ ਉਹ ਵੀ ਇੱਕ ਅਲੱਗ ਵਿਸ਼ਾ ਸੀ ਤੇ ਹੁਣ ਬੀਬੀ ਹਰਜਿੰਦਰ ਕੌਰ ਭੱਠਲ ਹੋਣਾ ਜਿਸ ਦਿਨ ਪੰਜਾਬ ਰਾਜ ਯੋਜਨਾ ਬੋਰਡ ਭੰਗ ਕੀਤਾ ਗਿਆ 20 ਅਪ੍ਰੈਲ ਦੇ ਲਾਗੇ ਚੱਕੇ ਉਸ ਵਕਤ ਹੀ ਬੀਬੀ ਜੀ ਨੂੰ ਇਹ ਨੋਟਿਸ ਦੇ ਦਿੱਤਾ ਕਿਹਾ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਰਕਾਰੀ ਕੋਠੀ ਜਿਹੜੀ ਆ ਉਹ ਖਾਲੀ ਕਰ ਪਰ ਸ਼ਾਇਦ ਉਹਨਾਂ ਦੇ ਮਨ 'ਚ ਇਹ ਗੱਲ ਸੀ ਕਿ ਸ਼ਾਇਦ ਕੋਈ ਚਮਤਕਾਰ ਹੋ ਜਾਏ ਫਿਰ ਅਖੀਰ ਉਹਨਾਂ ਨੂੰ ਕਿਹਾ ਗਿਆ ਕਿ 5 ਵਜੇ ਤੱਕ ਤੁਸੀਂ ਇਹ ਕੋਠੀ ਜਿਹੜੀ ਆ ਉਹ ਖਾਲੀ ਕਰਦੀ ਆ ਸਾਰੇ ਮੀਡੀਆ ਦੀਆਂ ਨਜ਼ਰਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਇਸ ਵਕਤ ਇਸ ਮੁੱਦੇ ਤੇ ਇਸ ਖਬਰ ਵੱਲ ਸਨ ਕਿ ਬੀਬੀ ਜੀ ਕੋਠੀ ਖਾਲੀ ਕਰਦੇ ਆ ਕਿ ਨਹੀਂ ਕਰਦੇ ਪਰ ਹੁਣ ਇਸ ਤਰੀਕੇ ਨਾਲ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦਾ ਦਬਾਅ ਜਿਸ ਤਰੀਕੇ ਨਾਲ ਸਾਬਕਾ ਮੰਤਰੀਆਂ ਸਾਬਕਾ ਵਿਧਾਇਕਾਂ ਤੇ ਵੱਧ ਰਿਹਾ ਤੇ ਉਹਨਾਂ ਦੀ ਪੇਸ਼ਨੀ ਚੱਲਦੀ ਪਈ ਉਹ ਸਭ ਕੁਝ ਸਾਹਮਣੇ ਆ ਤੇ ਸ਼ਾਇਦ ਇਸੇ ਹੀ ਕਾਰਨ ਬੀਬੀ ਜੀ ਨੇ ਵੇਖਿਆ ਕਿ ਹੁਣ ਸ਼ਾਇਦ ਆਪਣੀ ਕੋਈ ਵਾਗਡੋਰ ਫੜਨ ਵਾਲਾ ਹੈ ਨਹੀਂ ਕਿਉਂਕਿ ਜੇਕਰ ਕਾਂਗਰਸ ਦੇ ਉਹਨਾਂ 18 ਵਿਧਾਇਕਾਂ ਦੇ ਵਿੱਚ ਵੀ ਵੇਖਿਆ ਜਾਵੇ ਜਿਹੜੇ ਜਿੱਤੇ ਨੇ ਉਹਨਾਂ ਦੇ ਵਿੱਚ ਵੀ ਬੀਬੀ ਜੀ ਦਾ ਕੋਈ ਹਮਦਰਦ ਹੈ ਨਹੀਂ ਤੇ ਇਸ ਮੁੱਦੇ ਤੇ ਕੋਈ ਵੀ ਬੀਬੀ ਭੱਟਲ ਦੇ ਹੱਕ ਦੇ ਵਿੱਚ ਇਹ ਆਵਾਜ਼ ਨਹੀਂ ਉਠਾ ਸਕਦਾ ਕਿ ਤੁਸੀਂ ਜੀ ਕੋਠੀ ਜਿਹੜੀ ਆ ਕੋਈ ਗੱਲ ਨਹੀਂ ਮਾਨ ਸਾਹਿਬ ਕੋਠੀ ਰਹਿਣ ਦਿਓ ਉਹ ਕਹਿੰਦਾ ਜੀ ਮੈਂ ਕੋਠੀ ਲੈਣੀ ਆ ਤੇ ਜਿਹੜੀਆਂ ਉਹ ਚੀਜ਼ਾਂ ਨਜਾਇਜ਼ ਕਬਜ਼ੇ ਕੀਤੇ ਨੇ ਮੈਂ ਉਹਨਾਂ ਤੇ ਵੀ ਬਲਡੋਜ਼ਰ ਫੜਵਾ ਹੁਣ ਜਿਸ ਤਰੀਕੇ ਨਾਲ ਹੁਣੇ ਹੁਣੇ ਖਬਰ ਇੱਕ ਮਿਲੀ ਕਿ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਨੇ ਕਿ ਹੰਸਰਾਜ ਹੰਸ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਵੀ 100 ਏਕੜ ਜਿਹੜੀ ਪੈਲੀ ਪੰਚਾਇਤੀ ਜ਼ਮੀਨ ਆ ਉਹਦੇ ਤੇ ਕਬਜ਼ਾ ਕੀਤਾ ਤੇ ਉਹ ਵੀ ਕਹਿੰਦੇ ਅਸੀਂ ਛਡਾਉਣੀ ਆ ਉਹਦੇ ਵੱਲੋਂ ਵੀ ਹੰਸਰਾਜ ਨੂੰ ਉਹਨਾਂ ਨੇ ਬੇਨਤੀ ਕਰ ਦਿੱਤੀ ਗਈ ਆ ਕਿ ਤੁਸੀਂ ਆਪਣਾ ਜਾਂ ਤਾਂ ਤੁਸੀਂ ਆਪਣੇ ਤਰੀਕੇ ਨਾਲ ਛੱਡ ਦਿਓ ਨਹੀਂ ਤਾਂ ਫਿਰ ਸਾਨੂੰ ਜਿਹੜੀ ਛਡਾਉਣ ਦੀ ਜਾਂਚ ਹੈਗੀ ਉਹਨਾਂ ਨੇ ਅੱਜ ਵੀ ਇਹ ਗੱਲ ਕਹੀ ਆ ਕਿ ਕੋਈ ਵੀ ਵਿਅਕਤੀ ਕਿਸੇ ਵੀ ਅਹੁਦੇ ਤੇ ਹੋਵੇ ਕੋਈ ਵੀ ਅਫਸਰ ਸ਼ਾਹ ਹੋਵੇ ਜਿਨ੍ਹੇ ਨਜਾਇਜ਼ ਕਬਜ਼ਾ ਕੀਤਾ ਸਰਕਾਰੀ ਜ਼ਮੀਨ ਤੇ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਤਾਂ ਉਸੇ ਪ੍ਰਸੰਗ ਦੇ ਵਿੱਚ ਅੱਜ ਬੀਬੀ ਹਰਜਿੰਦਰ ਕੌਰ ਭੱਠਲ ਕੋਲ ਉਹਨਾਂ ਦੀ ਰੁਖਸਤ ਹੀ ਜਿਹੜੀ ਹੈ ਉਹ ਉਸ ਸਰਕਾਰੀ ਕੋਠੀ ਤੋਂ ਹੋ ਗਈ ਹੈ ਜਿੱਥੇ ਉਹਨਾਂ ਨੇ 25 ਸਾਲ ਬੜੇ ਰੀਜ਼ਨ ਪਤਾ ਹੈ ਬੜੇ ਕਹਿੰਦੇ ਨੇ ਸ਼ਾਨੋ ਸ਼ੌਕਤ ਨਾਲ ਉਹਨਾਂ ਨੇ ਅੰਦਰ ਸਵੀਮਿੰਗ ਪੂਲ ਬਹੁਤ ਕੁਝ ਇਹੋ ਜਿਹਾ ਬਣਾਇਆ ਸੀ ਜਿਹੜਾ ਬੀਬੀ ਜੀ ਦੀਆਂ ਉਹਨਾਂ ਖਾਹਿਸ਼ਾਂ ਦੀ ਪੂਰਤੀ ਕਰਦਾ ਸੀ ਜਿਹੜੇ ਉਹਨਾਂ ਦੇ ਸ਼ੌਕ ਨੇ ਪਰ ਤਰਾਸਦੀ ਇਹ ਆ ਕਿ ਇਹ ਸਾਰਾ ਪੈਸਾ ਪੰਜਾਬ ਦੇ ਉਹਨਾਂ ਲੋਕਾਂ ਦਾ ਸੀ ਮਿਹਨਤਕਸ਼ ਲੋਕਾਂ ਦਾ ਜਿਹੜਾ ਸਰਕਾਰ ਨੂੰ ਟੈਕਸ ਦਿੰਦੇ ਆ ਤੇ ਉਹ ਟੈਕਸ ਦੇ ਰੂਪ ਵਿੱਚ ਮਿਲਿਆ ਪੈਸਾ ਕਿਸ ਤਰੀਕੇ ਨਾਲ ਇਹਨਾਂ ਸਾਬਕਾ ਮੰਤਰੀਆਂ ਵਿਧਾਇਕਾਂ ਦੀ ਐਸ਼ ਪ੍ਰਸਤੀ ਦੇ ਉੱਤੇ ਖਰਚ ਹੁੰਦਾ ਰਿਹਾ ਇਸ ਦੇ ਉੱਤੇ ਵੀ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਚਾਹੀਦਾ ਤਾਂ ਇਹ ਆ ਕਿ ਜਿੰਨਾ ਤਰੀਕੇ ਨਾਲ ਇਹ ਰਿਹਾ ਕਿ ਇਹ ਕਿਰਾਇਆ ਵੀ ਉਹਨਾਂ ਕੋਲ ਵਸੂਲ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਜਿਹੜੀ ਜਨਰੇਸ਼ਨ ਜਾਂ ਆਉਣ ਵਾਲੀਆਂ ਸਰਕਾਰਾਂ ਈਵਨ ਕਿ ਭਗਵੰਤ ਮਾਨ ਦੇ ਜਿਹੜੇ ਬੰਦੇ ਨੇ ਜਿਹੜੇ ਵਿਧਾਇਕ ਨੇ ਉਹ ਵੀ ਇਹ ਸੋਚਣ ਤੋਂ ਡਰਨ ਕਰਨ ਤੋਂ ਪਹਿਲਾਂ ਕਿ ਇਹ ਸਰਕਾਰ ਸਾਡੀ ਵੀ ਜਾਣੀ ਕੱਲ੍ਹ ਨੂੰ ਕਿਸੇ ਦੂਜੀ ਦੇ ਵੀ ਆਉਣਾ ਚਲੋ ਇੰਨਾ ਸ਼ੁਕਰ ਆਣਖੀ ਸਾਹਿਬ ਇੱਕ ਗੱਲ ਹੈਗੀ ਆ ਇੰਨਾ ਸ਼ੁਕਰ ਆ ਕਿ ਚਲੋ
बीबी भट्टल जी ने इन्ना तो जरूर रखे अपना स्टेटस, क्योंकि पंजाब के बड़े बड़े अहुदों पर रहे ने, पंजाब कांग्रेस के प्रधान रहे ने, उप मुख्यमंत्री रहे ने, मुख्यमंत्री पंजाब रहे ने, यह जिहड़ियां गल्लां दा करके स्टेटस रखिया, कोई समान समूह नहीं उतों लै गए, नहीं तो कुछ क लीडर तो समान भी अणखी साहब उतों लै गए, बेशक उन्होंने आप ही बोली बाली करा के घट समान जिहड़ा घट रेट दे विच उह समान लै गए, इन्ना जरूर उन्होंने रखा कि चलो समान समूह नूं पूरा उत्ते बेशक महंगे भाव का लोगों का लग्या होया सीगा, चलो जिहड़ा नवां आऊगा उहनूं समान नहीं खरीदना पऊगा। पर सुखविंदर फिर एक गल का तो वेखना पैंदा ना, फिर वाकई फिर नवजोत सिद्धू वर्गा कोई लीडर तो नहीं ना फिर कोई नहीं, ठीक है कल कांग्रेस पार्टी ने भविख का की फैसला करना तो की नहीं करना यह तो कल दसेगा, पर अज तक जेकर उन्हें राजनीति की है तो फिर अपन शर्तों की है, एक भी नोट्स वो बन नहीं गया, जो मंत्री तो अस्तीफा दिता से मंत्री शिफ्ट तो अगले ही शाम तक उन्हें सरकारी कोठी भी खाली करती थी तो स्कूल टी भी वापस करती थी, फिर योजे जिगरे वाकई चंद बंद ही होंगे आ सारे बंद वो नहीं बन सकते उंगल नहीं चक सकता, यही कारण है कि सिर्फ और सिर्फ चाहे वह केजरीवाल होवे, भला कैप्टन अमरिंदर सिंह होवे, भला चरणजीत सिंह चन्नी होवे, भला जिहड़ा बादल होण, उन्हें टीसी वाले बेरां वाल ही उंगलां कीतियां ने, यह नहीं कि कोई लंडू पंजू जां कोई लीडर फड़ लिया तो उहदे ते बोल बोल के हट गया, टीसी वाले बेरां नूं हत्थ पाया जिहड़े उहदे ते एक्शन ते रिएक्शन वजों कार्रवाई भी कर सकते सी, पर उहनूं पता सी वी कार्रवाई करनगे किवें क्योंकि मेरे खिलाफ तां कुछ है ही नहीं। जी बिल्कुल बिल्कुल, गल तो हमेशा वो नैतिकता की गल करता, अज भी वह गल की है, कहता मैं नैतिकता के मुद्दे से गल करना, ईडी का मैं खतरा नहीं, मैं गल हर बंदे नूं केरना ते जरूरी है सुखविंदर जी कि जेकर तुसी साफ सुथरी राजनीति कर दी फिर सच्चे सुचे करदार के मालक भी होवो, ढाडे वाल कोई बंदा उंगला कर सके, तो शायद यो ही कारण आ कि 16 मार्च तो लैके अज 5 मई हो गई है, नवजोत सिद्धू अज भी उस तरीके सरकार को घेरता, तो सरकार को कोई मुद्दा ही नहीं जवाब देता, तो कांग्रेस पार्टी जी संविधानक तौर पर विरोधी धिर आ वह भी पता नहीं इस गल तो खौफ ज्यादा आ कि कि है तो ही असं हाँ कि यो ही ना बन जाए हार के लोग इनू ना पसंद कर दे, सो नैतिकता का कित ना कि मुल तो जरूर सुखविंदर जी पैदा, वो नैतिकता ही वो शक्ति हैगी है नवजोत सिद्धू जी। अणखी साहब तुसीं साडे नाल प्रोग्राम दे विच जुड़े, तुहाडा बहुत बहुत धन्नवाद जी, बहुत बहुत शुक्रिया जी। ਤਾਂ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ, ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।